बालिया साहब, कटेरा साहब, बोलिए साहब। जिहड़ी पाल मोटर हैगी आ सर्विस प्रोवाइड करदी, इहनां दा किद्दां हैगा नैटवर्क जां इहनां दा आफ्टर सेल्स किद्दां दा हैगा सिस्टम? बहुत वधिया नैटवर्क है, बहुत इहनां दा रिस्पोंस अच्छा है, वर्कर हैं जिहड़े इहनां दे जी वो रिस्पोंस अच्छा है ते काम पहले फोन ते करांदे आ। ਮਤਲਬ ਕੋਈ ਦਿੱਕਤ ਤਾਂ ਨਹੀਂ ਹੋਈ? ਨਹੀਂ ਨਹੀਂ। ਸਰ ਕੀ ਨਾਮ ਜੀ? ਮੇਰਾ ਹਿੰਮਤ ਕੁਮਾਰ। ਹਿੰਮਤ, ਜਿਹੜੀ ਅਸੀਂ ਨਵੀਂ i20 ਕਾਰ ਲਾਂਚ ਕੀਤੀ ਹੈ, ਪਹਿਲੀ ਨਾਲੋਂ ਕੀ ਇਹਦੇ ਵਿੱਚ ਅਲੱਗ ਹੈ? ਇਹ ਪਹਿਲਾਂ ਨਾਲੋਂ ਜੀ ਫੁੱਲ ਨਿਊ ਕਾਰ ਹੈ, ਆਲ ਨਿਊ i20 ਹੈ, ਇਹ ਫੁੱਲੀ ਚੇਂਜ ਹੈ, ਇਹਦੇ ਵਿੱਚ ਇੰਜਨ ਵੀ ਚੇਂਜ ਨੇ ਸਾਰੇ ਅਤੇ ਲੁਕਸ ਵੀ ਫੁੱਲ ਅਟਰੈਕਟਿਵ ਨੇ, ਫੁੱਲ ਫੀਚਰਸ ਨੇ। ਇਹ ਡੀਜ਼ਲ ਔਰ ਪੈਟਰੋਲ ਦੋ ਵਰਸਨ 'ਚ ਦੋਨਾਂ ਦੇ ਵਿੱਚ ਆਊਗੀ ਜੀ? ਪੈਟਰੋਲ ਦੇ ਵਿੱਚ ਇਹਦੇ 'ਚ ਦੋ ਇੰਜਨ ਨੇ, ਡੀਜ਼ਲ ਦੇ ਵਿੱਚ ਇੱਕ ਇੰਜਨ ਹੈ ਜੀ 1500 cc, ਪੈਟਰੋਲ ਦੇ ਵਿੱਚ ਇੱਕ 1200 cc ਅਤੇ 1000 cc ਟਰਬੋ ਹੈ। ਟਰਬੋ ਹੋਣ ਦੇ ਨਾਲ ਕਾਰ ਦੀ ਇੱਕ ਤਾਂ ਪਿਕਅਪ ਵੱਧ ਜਾਂਦੀ ਹੈ, ਜਿੱਦਾਂ ਯੂਥ ਹੈ ਤੁਹਾਨੂੰ ਅੱਜ ਕੱਲ੍ਹ ਪਿਕਅਪ ਚਾਹੀਦੀ ਹੈ ਸਾਰਿਆਂ ਨੂੰ, ਅਤੇ ਉਹ 1000 cc ਦੇ ਵਿੱਚ 120 bhp ਹੈ। ਅਤੇ ਜਿਹੜੇ ਇਹਦੇ 'ਚ ਕਲਰ ਹੈਗੇ ਆ, ਇਹ ਤੋਂ ਇਲਾਵਾ ਕਿੰਨੇ ਕਲਰ ਆ? ਕਲਰ ਇਹਦੇ ਵਿੱਚ ਤੁਹਾਨੂੰ ਟੋਟਲ 7 ਕਲਰਸ ਮਿਲਣਗੇ ਜੀ, ਤੁਸੀਂ ਰੈੱਡ ਦੇਖ ਹੀ ਰਹੇ ਹੋ, ਵਾਈਟ ਕਲਰ ਆ ਜਾਏਗਾ, ਸਿਲਵਰ ਆ ਜਾਏਗਾ, ਗ੍ਰੇ ਕਲਰ ਆ ਜਾਏਗਾ। ਫਰਕ ਕੋਈ ਇੰਨਾ ਜ਼ਿਆਦਾ ਨਹੀਂ ਪਿਆ, ਪਹਿਲਾਂ 6.5 ਤੋਂ ਸਟਾਰਟ ਹੋ ਜਾਂਦੀ ਸੀ, ਹੁਣ 6,80,000 ਤੋਂ ਸਟਾਰਟਿੰਗ ਹੈ, ਪਰ ਉਹਦੇ ਨਾਲੋਂ ਲੁਕਸ ਅੱਛੀ ਹੈ, ਹੁਣ ਅਟਰੈਕਟਿਵ ਨੇ। ਕੋਈ ਵੀ ਕਸਟਮਰ ਜਦੋਂ ਲੈਣੀ ਚਾਹੁੰਦਾ ਕਿ ਕਾਰ ਰੈਡੀ ਆ, ਅਵੇਲੇਬਲ ਆ ਫਰਮਾਂ ਤੋਂ? ਅਸੀਂ ਮੈਕਸੀਮਮ ਹੁੰਡਈ ਨੇ ਪਲਾਨ ਇਸ ਹਿਸਾਬ ਨਾਲ ਕੀਤਾ ਕਿ ਸਾਡੇ ਕੋਲ ਲਾਂਚ ਆਉਣ 'ਤੇ ਜਿੰਨਾ ਮੈਕਸੀਮਮ ਸਟਾਕ ਸੀਗਾ ਕੰਪਨੀ ਨੂੰ ਸਾਡੇ ਕੋਲ ਅਵੇਲੇਬਲ ਕਰਾਤਾ, ਮੈਕਸੀਮਮ ਅਸੀਂ ਮਤਲਬ ਕੋਸ਼ਿਸ਼ ਹੋਏਗੀ ਕਿ ਕਸਟਮਰ ਜਿਹੜੀ ਵੀ ਚੀਜ਼ ਡਿਮਾਂਡ ਕਰੇਗਾ ਅਤੇ ਅਸੀਂ ਉਹਨੂੰ ਜਲਦੀ ਤੋਂ ਜਲਦੀ ਡਿਲੀਵਰੀ। ਜਿਹੜੀ ਪਾਲ ਹੁੰਡਈ ਆਫਟਰ ਸੇਲ 'ਚ ਕਿਹੋ ਜਿਹੀ ਸਰਵਿਸ ਪ੍ਰੋਵਾਈਡ ਕਰਦੀ ਹੈ? ਆਫਟਰ ਸੇਲ ਦੇ ਵੀ ਸਾਡੇ ਕੋਲ ਤੁਸੀਂ ਲਗਾ ਲਓ ਕਿ 50% ਸੇਲ ਸਾਡੀ ਰੈਫਰੈਂਸ ਸੇਲ ਹੈ, ਉਹ ਰੈਫਰੈਂਸ ਤਾਂ ਹੀ ਆਉਂਦਾ ਜੇ ਕਸਟਮਰ ਸਾਡੇ ਤੋਂ ਸੈਟਿਸਫਾਈ ਹੈ। ਇਹ ਜਿਹੜੀ ਔਫਰ ਹੈ ਕਦੋਂ ਕਦ ਤੱਕ ਰਹੇਗੀ, ਦੀਵਾਲੀ ਤੱਕ? ਔਫਰ ਦੇਖੋ ਹਜੇ ਨਿਊ ਲਾਂਚ ਹੈ, ਔਫਰ ਤਾਂ ਇਹਦੇ 'ਤੇ ਕੋਈ ਨਹੀਂ ਹੈ ਹਜੇ, ਜਿਹੜੀਆਂ ਸਾਡੇ ਅਦਰਸ ਮਾਡਲ ਨੇ ਉਹਨਾਂ 'ਤੇ ਅੱਛੀ ਔਫਰ ਚੱਲਦੀਆਂ, ਇਹ ਨਿਊ ਲਾਂਚ ਹੈ ਹਜੇ ਤਾਂ ਇਹਦੀ ਵੇਟਿੰਗ ਹੀ ਚੱਲੇਗੀ।